ਕਰ ਆਖਿਰਕਾਰ ਉਹੀ ਨਮਾਜ਼ੀ ਮਸਜਿਦ ਕੂਫਾ ਦਾ ਜਿਹੜਾ 3000 ਲੈ ਕੇ ਇਮਾਮ ਮੁਸਲਿਮ ਬਿਨ ਅਕੀਲ ਦਾ ਮੁਰੀਦ ਹੋਇਆ ਬੈਤ ਹੋਇਆ ਤੇ ਸਾਰਾ ਦਿਨ ਆਪ ਦੀ ਕਦਮ ਬੋਸੀ ਕਰਦਾ ਰਿਹਾ ਰਾਤ ਨੂੰ ਸਾਰੀਆਂ ਰਿਪੋਰਟਾਂ ਇਬਨੇ ਜ਼ਿਆਦ ਨੂੰ ਦੇ ਦਿੱਤੀਆਂ ਹਾਏ ਅੱਲਾ ਇਹਦੀ ਨਮਾਜ਼ ਤੋਂ ਬਚਾ ਜਾਂ ਹਦਾਇਤ ਅਤਾ ਫਰਮਾ ਆਖੋ ਆਮੀਨ ਇਹ ਦੁਆ ਮੰਗਿਆ ਕਰੋ ਯਾ ਅੱਲਾ ਇਹਦੀ ਨਮਾਜ਼ ਦੀ ਤੌਫੀਕ ਅਤਾ ਫਰਮਾ ਜਿਹੜੀ ਨਮਾਜ਼ ਮੇਰਾ ਦਿਲ ਵੀ ਬਦਲ ਦੇਵੇ ਮੇਰਾ ਦਿਮਾਗ ਵੀ ਬਦਲ ਦੇਵੇ ਮੇਰਾ ਜਿਸਮ ਵੀ ਬਦਲ ਦੇਵੇ ਮੇਰੀ ਜਾਨ ਵੀ ਬਦਲ ਦੇਵੇ ਅਗਰ ਜਨਾਬ ਨਮਾਜ਼ ਦੀ ਤਫਸੀਰ ਨਹੀਂ ਬਣਦੀ ਤਨਹਾ ਅਨਿਲ ਫਹਸ਼ਾ ਇਵਲ ਮੁਨਕਰ ਇਹ ਨਮਾਜ਼ ਦਾ ਮਾਨ ਔਰ ਮਿਜ਼ਾਜ ਇਹ ਵੇ ਕਹਿੰਦਾ ਨੇ ਫਰਮਾਇਆ ਬੇਸ਼ੱਕ ਨਮਾਜ਼ ਬੰਦੇ ਨੂੰ ਬੇਹਯਾ ਨਹੀਂ ਬਣਨ ਦਿੰਦੀ ਇਨ ਸਲਾਤ ਤਨਹਾ ਅਨਿਲ ਫਹਸ਼ਾ ਇਵਲ ਮੁਨਕਰ ਬੇਸ਼ੱਕ ਨਮਾਜ਼ ਬੰਦੇ ਨੂੰ ਬੇਹਯਾ ਨਹੀਂ ਬਣਨ ਦਿੰਦੀ ਬੇਹਯਾ ਬਣਨ ਵੀ ਨਹੀਂ ਦਿੰਦੀ ਤੇ ਬੇਹਯਾਈ ਵਾਲੇ ਪਾਸੇ ਜਾਣ ਹੀ ਨਹੀਂ ਦਿੰਦੀ ਬਲਕਿ ਬੇਹਯਾਈ ਤੂੰ ਰੋਕ ਦਿੰਦੀ ਏ ਬੁਰਾਈਆਂ ਤੂੰ ਰੋਕ ਦਿੰਦੀ ਏ ਲੇਕਿਨ ਅਗਰ ਤੇਰੀ ਨਮਾਜ਼ ਤੈਨੂੰ ਚੁਗਲੀ ਤੂੰ ਨਾ ਰੋਕੇ ਕੂੜ ਮਾਰਨ ਤੂੰ ਨਾ ਰੋਕੇ ਮਾਲ ਗਸਬ ਕਰਨ ਤੂੰ ਨਾ ਰੋਕੇ ਜ਼ਿਨਾ ਤੂੰ ਨਾ ਰੋਕੇ ਸ਼ਰਾਬ ਤੂੰ ਨਾ ਰੋਕੇ ਉਹ ਅੱਲਾ ਦਿਆ ਬੰਦਿਆ ਚੁਗਲੀ ਤੂੰ ਨਾ ਰੋਕੇ ਯਤੀਮ ਦਾ ਮਾਲ ਖਾਣ ਤੂੰ ਨਾ ਰੋਕੇ ਮੁੜ ਆਪਣੀ ਨਮਾਜ਼ ਤੇ ਵੀ ਗੌਰ ਫਰਮਾ ਮੇਰੇ ਸਮਾਇਤ ਮੈਂ ਆਪਣੇ ਤੇ ਗੌਰ ਕਰਾਂ ਤੁਸਾਂ ਆਪਣੇ ਗੌਰ ਫਰਮਾਓ ਕਿ ਨਮਾਜ਼ ਕਿਉਂ ਸਾਨੂੰ ਸਿੱਧਾ ਨਹੀਂ ਸੀ ਕਰਦੀ ਅੱਲਾ ਦੇ ਬੰਦਿਆ ਪਤਾ ਹੀ ਨਮਾਜ਼ ਸਿੱਧਾ ਕਿਉਂ ਨਹੀਂ ਕਰਦੀ ਬੇਸ਼ੁਮਾਰ ਅੱਲਾ ਦੀਆਂ ਰਹਿਮਤਾਂ ਜਦੋਂ ਨਾਜ਼ਲ ਹੁੰਦੀਆਂ ਯਾ ਅੱਲਾ ਬੁਖਾਰੀ ਵੀ ਹਦੀਸੇ ਪਾ ਕੇ ਹਜ਼ੂਰ ਫਰਮਾਉਂਦੇ ਨੇ ਦੁਆ ਮੰਗਿਆ ਕਰੋ ਅੱਲਾਹੁਮ ਸੈਯਿਦਨ ਨਾਫਿਆ ਐ ਅੱਲਾ ਨਫੇ ਵਾਲੀ ਬਾਰਿਸ਼ ਦੇਵੀ ਨਫੇ ਵਾਲੀ ਦੇਵੀ ਦੂਜੀ ਨਾ ਦੇਵੀ ਨਫੇ ਵਾਲੀ ਬਾਰਿਸ਼ ਮੰਗਣੀ ਚਾਹੀਦੀ ਹੈ ਸਾਡੇ ਕੌਮ ਦਾ ਮਿਜ਼ਾਜ ਬਣ ਗਿਆ ਥੋੜ੍ਹੀ ਜਿਹੀ ਹਨੇਰੀ ਆਉਣੀ ਨਾ ਜਨਾਬ ਅਤੇ ਨਬੀ ਸਾਈਂ ਨੇ ਸਜਦੇ 'ਚ ਪੈ ਜਾਣਾ ਅਤੇ ਆਖਣਾ ਯਾ ਅੱਲਾ ਇਹਨਾਂ ਹਨੇਰੀਆਂ ਅਤੇ ਹਵਾਵਾਂ ਦੀ ਵਜ੍ਹਾ ਨਾਲ ਪਿਛਲੀਆਂ ਕੌਮਾਂ 'ਤੇ ਅਜ਼ਾਬ ਆਏ ਸਨ ਮੇਰੀ ਉਮਤ ਨੂੰ ਬਚਾ ਲਈ ਅਤੇ ਐਸੀ ਹਨੇਰੀ ਆਵੇ ਜਾਂ ਬੱਦਲ ਬਣਨ 'ਤੇ ਇਹਨੇ ਮੌਸਮ ਇੰਜੋਏ ਕਰੋ ਬੱਲੇ 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 ਮੌਸਮ ਇੰਜੋਏ ਹੁੰਦਾ ਪਿਆ ਇੰਜੋਏ ਹੁੰਦਾ ਨਹੀਂ ਪਿਆ ਖੁਦਾ ਦੀ ਪਨਾਹ ਮੰਗੋ ਆ ਵੇਖੋ ਬਲੋਚਿਸਤਾਨ ਅੱਲਾ ਪਨਾਹ ਅਤਾ ਫਰਮਾਇਆ ਵਿਚਾਰੇ ਰੁੜ ਗਏ ਸਿੰਧ ਵਾਲੇ ਵਿਚਾਰੇ ਰੁੜ ਗਏ ਸਰਹੱਦ ਵਾਲੇ ਰੁੜ ਗਏ ਜਨੂਬੀ ਪੰਜਾਬ ਰਾਜਨਪੁਰ ਤੌਂਸਾ ਸ਼ਰੀਫ ਉਹ ਵਿਚਾਰੇ ਰੁੜ ਗਏ ਅਤੇ ਅਸੀਂ ਫਿਰ ਪਤਾ ਕੀ ਆਨੇ ਮੌਸਮ ਇੰਜੋਏ ਕਰ ਉਹ ਮੇਰੇ ਭਾਈ ਮਿਜ਼ਾਜ ਬਣਾਓ ਇਸਲਾਮ ਵਾਲਾ ਮੇਰੇ ਹਜ਼ੂਰ ਥੋੜ੍ਹਾ ਜਿਹੀ ਥੋੜ੍ਹੀ ਜਿਹੀ ਹਨੇਰੀ ਆਉਣੀ ਬੱਦਲ ਬਣਨੇ ਅਤੇ ਸਜਦੇ 'ਚ ਪੈ ਜਾਣਾ ਤੇਰੀ ਮੇਰੀ ਤਾਂ ਔਕਾਤ ਹੀ ਕੋਈ ਨਹੀਂ ਆਕਾ ਦੋ ਆਲਮ ਜਦੋਂ ਥੋੜ੍ਹੀ ਜਿਹੀ ਹਨੇਰੀ ਥੋੜ੍ਹੀ ਜਿਹੀ ਆਵਾਜ਼ ਚੱਲਣੀ ਤੇ ਸਜਦੇ 'ਚ ਡਹਿ ਕੇ ਆਖਣਾ ਸੁਭਾਨ ਰੱਬੀ ਅਲ ਆਲਾ ਸੁਭਾਨ ਰੱਬੀ ਅਲ ਆਲਾ ਏ ਅੱਲਾ ਅਗਰ ਬਾਰਿਸ਼ ਦੇਵੇਂ ਤੇ ਨਫੇ ਵਾਲੀ ਅੱਲਾਹੁਮ ਤੈਯਿਬਨ ਨਾਫਿਆ ਨਫੇ ਵਾਲੀ ਬਾਰਿਸ਼ ਅਤਾ ਫਰਮਾਈ ਤੇ ਯਾ ਅੱਲਾ ਮੇਰੀ ਉਮਤ ਨੂੰ ਬਵਾਲ ਤੋਂ ਬਚਾ ਲੈ ਖੈਰ ਗੱਲ ਲੰਮੀ ਨਾ ਹੋ ਜਾਵੇ ਇਮਾਮ ਮੁਸਲਿਮ ਬਿਨ ਅਕੀਲੀ ਰਿਪੋਰਟ ਪਹੁੰਚ ਗਈ ਆਨੀ ਬਿਨ ਉਰਵਾ ਨੂੰ ਇਬਨੇ ਜ਼ਿਆਦ ਨੇ ਉਹ ਜਦੋਂ ਸਾਹਮਣੇ ਆਇਆ ਨਾ ਨਮਾਜ਼ੀ ਮੈਂ ਇਹ ਲਫ਼ਜ਼ ਤਾਂ ਪਿਆ ਬੋਲਣਾ ਕਿ ਮੇਰੇ ਸਮੇਤ ਅੱਲਾ ਸਾਡੇ 'ਤੇ ਅਸਰ ਫਰਮਾਏ ਨਮਾਜ਼ ਦਾ ਨਮਾਜ਼ ਸਾਡੇ 'ਚੋਂ ਜਲਕੇ ਕਿ ਇਹ ਨਮਾਜ਼ੀ ਏ ਇਹ ਹਾਜੀ ਸਾਹਿਬ ਏ ਇਹ ਉਮਰਾ ਕਰਨ ਵਾਲਾ ਪਤਾ ਲੱਗੇ ਵੀ ਯਾਰ ਇਹ ਸਰਕਾਰ ਦਾ ਗੁਲਾਮ ਜਾ ਰਿਹਾ ਵਾਹ ਵਾਹ ਕਿਉਂ ਜੀ ਪਤਾ ਲੱਗੇ ਹਜ਼ੂਰ ਦਾ ਗੁਲਾਮ ਜਾ ਰਿਹਾ ਉਹ ਨਮਾਜ਼ੀ ਕੂਫੇ ਦੀ ਮਸੀਤ ਵਾਲਾ ਨਮਾਜ਼ੀ ਕੂਫੀ ਨਮਾਜ਼ੀ ਉਹਨੇ ਜਨਾਬ ਜਾ ਕੇ ਸਾਰੀ ਰਿਪੋਰਟ ਇਬਨੇ ਜ਼ਿਆਦ ਨੂੰ ਦਿੱਤੀ ਉਸ ਰਿਪੋਰਟ ਦੇ ਬਲ ਬੋਤੇ 'ਤੇ ਆਨੀ ਬਿਨ ਉਰਵਾ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਅਤੇ ਹਜ਼ਰਤ ਇਮਾਮ ਮੁਸਲਿਮ ਬਿਨ ਅਕੀਲ ਸਰਕਾਰ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਮੈਂ ਡਿਟੇਲ 'ਚ ਨਹੀਂ ਜਾਂਦਾ ਸ਼ਹੀਦ ਕਰ ਦਿੱਤਾ ਗਿਆ ਜਦੋਂ ਆਪ ਨੂੰ ਸ਼ਹੀਦ ਕਰਦੇ ਪੈਸਾ ਨਾ ਪ੍ਰੋਗਰਾਮ ਬਣਾਇਆ ਸ਼ਹਾਦਤ ਦਾ ਗਵਰਨਰ ਹਾਊਸ ਤੋਂ ਥੱਲੇ ਸੱਟਣ ਦਾ ਪ੍ਰੋਗਰਾਮ ਬਣਾਇਆ ਅਤੇ ਉਸ ਤੋਂ ਥੋੜ੍ਹੀ ਪਹਿਲੇ ਮੁਹੰਮਦ ਬਿਨ ਆਸ਼ਾਸ ਜਿਹੜਾ ਪਕੜ ਕੇ ਆਪ ਨੂੰ ਲਿਆਇਆ ਹਜ਼ਰਤ ਇਮਾਮ ਮੁਸਲਿਮ ਬਿਨ ਅਕੀਲ ਨੂੰ ਤਾਂ ਪਨਾਹ ਦੇ ਕੇ ਲਿਆਇਆ ਆਉਂਦਾ ਜੀ ਲੜਾਈ ਕੋਈ ਨਹੀਂ ਤੁਸੀਂ ਸਾਡੀ ਪਨਾਹ 'ਚ ਹੋ ਅਤੇ ਆ ਜਾਓ ਤੁਹਾਨੂੰ ਕੁਝ ਵੀ ਨਹੀਂ ਹੁੰਦਾ ਆਪਨੇ ਫਰਮਾਇਆ ਮੇਰੇ ਹਜ਼ੂਰ ਦਾ ਫਰਮਾਨ ਹੈ ਕੂਫੀ ਲਾ ਯੂਫੀ ਕੂਫੇ ਵਾਲਿਆਂ 'ਤੇ ਵਿਸਾ ਨਹੀਂ ਖਾਣਾ ਪਰ ਫਿਰ ਵੀ ਮੈਂ ਖੂਨ ਖਰਾਬਾ ਨਹੀਂ ਚਾਹੁੰਦਾ ਆਪਦੇ ਹੱਥ ਬੰਨ ਲਏ ਜਦੋਂ ਬੰਨ ਕੇ ਅਤੇ ਤਲਵਾਰ ਕੱਢ ਲਈ ਆਪਨੇ ਫਰਮਾਇਆ ਪਹਿਲਾ ਦੁੱਖਾ ਤੁਸਾਂ ਮੇਰੇ ਨਾਲ ਇਹ ਕੀਤਾ ਕਿ ਮੇਰੀ ਤਲਵਾਰ ਮੇਰੇ ਨਾਲ ਲਾ ਲਈ ਤਲਵਾਰ ਮੇਰੀ ਤੁਸਾਂ ਖੋਲ੍ਹ ਲਈਏ ਉਸ ਵੇਲੇ ਆਪ ਰੋਏ ਹਜ਼ਰਤ ਇਮਾਮ ਮੁਸਲਿਮ ਬਿਨ ਅਕੀਲ ਅਤੇ ਨੁਮੈਰ ਬਿਨ ਹੁਮਰਾਨ ਅਹਮਰੀ
اے یزیدی آکھن لگا برو تو ہنے رونا پے جنہ واسطے تو آیا سائیں دیو تو بڑے عظیم نے تے تو کیوں رونا ہے آپ نے فرمایا میں اپنی جان واسطے نہیں رونا میں جڑا خط امام حسین نو لکھ چکا بھی حالات ٹھیک نے آ جاؤ میں اس وجہ تو رونا پیا کہ تسی ایڈے بے ایمان ہو کہ 12,000 نے بیعت کر لی وہ 12,000 بھی نس گیا 40,000 تلواراں لے کے آئے ابن زیاد نے اکھاں کڈیاں وہ بھی سارے نس گئے تے مغرب دی نماز میں تو پڑھان لگا تے 500 بندے نے آکھیا پیچھے بولیا جے پیچھے اس امام دے پیچھے اس امام دے تے آپ نے فرمایا میں پوری نماز کرا کے جدوں آکھیا السلام علیکم ورحمت اللہ آپ فرماتے نے او ظالمو جدوں میں سلام پھیرے آتے ایک بندہ ہی کوئی نہ اے توجہ تے فرماؤ جناب اساں وی کلمہ پڑھے آئے تے بڑے نیڑے دے لوگ سن او کلمہ پڑھن والے ویکھ کے کلمہ پڑھن والے حضرت امام مسلم نقیل فرماتے نے رویا تاواں تساں میرے نال اتنی بے وفائی کی تھی کہ 12,000 مرید ہوئے جے نس گئے جے پھر 40,000 اکٹھے ہوئے جے نس گئے 500 بندہ میرے پیچھے آخدے پیو پیچھے اس امام دے اللہ اکبر ظالموں نے ایک ہی کوئی نہیں بچیا نس گئے آپ نے فرمایا میں تاں رونا پیا وا کہ میرے نال ان بے وفائی کی تھی وے شہزادے رسول نال کے کرنا ہے تساں